ਦੋਸਤਾਂ ਨੂੰ ਸੁਣਾਉਣ। ਮੈਂ ਤੁਫੈਲ ਢਾਣਾ। ਪਾਕਿਸਤਾਨ ਦਾ ਮਸਲਾ ਗੁਰਬਤ ਨਹੀਂ ਹੈ, ਪਾਕਿਸਤਾਨ ਦਾ ਮਸਲਾ ਕੁਰਪਸ਼ਨ ਹੈ ਅਤੇ ਕਰਜ਼ਾ ਹੈ। ਕਰਜ਼ਾ ਵੱਧ ਰਿਹਾ ਹੈ, ਕੁਰਪਸ਼ਨ ਵੱਧ ਰਹੀ ਹੈ ਅਤੇ ਗੁਰਬਤ ਵੱਧ ਰਹੀ ਹੈ। ਗੁਰਬਤ ਦੇ ਅੰਦਰ ਅਜ਼ਾਫੇ ਦੀ ਇੱਕ ਵੱਡੀ ਵਜ੍ਹਾ ਕਲਾਈਮੇਟ ਚੇਂਜ ਵੀ ਦੱਸੀ ਜਾਂਦੀ ਹੈ। ਇਹ ਮੌਸਮਿਆਤੀ ਤਬਦੀਲੀ ਹੈ, ਮੌਸਮ ਬਦਲ ਗਏ ਨੇ, ਬਾਰਿਸ਼ਾਂ ਦਾ ਨਿਜ਼ਾਮ ਬਦਲ ਗਿਆ ਅਤੇ ਦਰਜਾ ਹਰਾਰਤ ਵੱਧ ਗਿਆ। ਪਾਕਿਸਤਾਨ ਉਹਨਾਂ ਮੁਲਕਾਂ 'ਚ ਸ਼ਾਮਲ ਹੈ ਜਿਹੜੇ ਕਲਾਈਮੇਟ ਚੇਂਜ ਤੋਂ ਜ਼ਿਆਦਾ ਮੁਤਾਸਰ ਹੋਏ ਨੇ, ਔਰ ਪਾਕਿਸਤਾਨ ਦੇ ਅੰਦਰ ਸਭ ਤੋਂ ਜ਼ਿਆਦਾ ਮੁਤਾਸਰ ਹੋਣ ਵਾਲੀ ਕਲਾਸ ਤਬਕਾ ਗਰੀਬ ਤਬਕਾ ਹੈ, ਕਿਸਾਨ ਤਬਕਾ ਹੈ, ਛੋਟਾ ਕਿਸਾਨ ਹੈ। ਫਿਰ ਜ਼ਿਆਦਾ ਬਾਰਿਸ਼ਾਂ ਹੋ ਗਈਆਂ ਨੇ, ਬਲੋਚਿਸਤਾਨ ਡੁੱਬ ਗਿਆ ਅਤੇ ਉਹਦੇ ਨਾਲ ਗਵਾਦਰ ਵੀ ਡੁੱਬਿਆ ਹੈ। ਪਾਕਿਸਤਾਨ ਦੇ ਅੰਦਰ ਇਹ ਮਸਲਾ ਹੱਲ ਕਰਨ ਦੇ ਬਾਰੇ ਕੋਈ ਸੋਚ ਵਿਚਾਰ ਨਹੀਂ ਹੈ, ਵਸਾਇਲ ਨਹੀਂ ਹੈ। ਗੁਰਬਤ ਵੱਧ ਰਹੀ ਹੈ ਅਤੇ ਛੋਟਾ ਕਿਸਾਨ ਜ਼ਿਆਦਾ ਬੁਰੇ ਤਰੀਕੇ ਨਾਲ ਇਸ ਕਲਾਈਮੇਟ ਚੇਂਜ ਦੇ ਥੱਲੇ ਆਇਆ ਪਿਆ। ਇਹਦਾ ਹੱਲ ਤਾਂ ਇਹ ਹੈ ਕਿ ਡੈਮ ਬਣਾਏ ਜਾਂਦੇ ਅਤੇ ਜੰਗਲਾਤ ਲਗਾਏ ਜਾਂਦੇ, ਪਰ ਪਾਕਿਸਤਾਨ 'ਚ ਕਿਸੇ ਵੀ ਹਕੂਮਤ ਨੇ ਇਸ ਪਾਸੇ ਧਿਆਨ ਹੀ ਨਹੀਂ ਕੀਤਾ ਅਤੇ ਨਾ ਇਹਨੂੰ ਜ਼ਰੂਰੀ ਸਮਝਿਆ। ਇਸ ਦੇ ਨਾਲ ਇਹ ਵੀ ਹੋਇਆ ਬਈ ਭਾਰਤ ਦਾ ਜਦੋਂ ਵੀ ਬੱਸ ਚੱਲਿਆ ਉਹਨਾਂ ਪਾਕਿਸਤਾਨ ਦਾ ਪਾਣੀ ਬੰਨ ਲਿਆ, ਰੋਕ ਲਿਆ ਅਤੇ ਹੁਣ ਪੰਜਾਬ ਦੇ ਦਰਿਆ ਵੀ ਸੁੱਕੇ ਪੈਣੇ ਅਤੇ ਛੋਟਾ ਕਿਸਾਨ ਸਮਝ ਲਓ ਕਿ ਉਸ ਦੀ ਤਾਂ ਨਸਲ ਹੀ ਖਤਮ ਹੋ ਰਹੀ ਹੈ। ਛੋਟੇ ਕਿਸਾਨ ਨੂੰ ਮਸਲਾ ਇਹ ਵੇ ਕਿ ਹੁਣ ਕਣਕ ਦੀ ਵਢਾਈ ਦਾ ਮੌਸਮ ਹੈ, ਵਿਸਾਖੀ ਮੇਲਾ ਹੈ ਅਤੇ ਇਸ ਵੇਲੇ ਜਦੋਂ ਬਾਰਿਸ਼ ਪੈ ਜਾਂਦੀ ਹੈ ਅਤੇ ਛੋਟੇ ਕਿਸਾਨ ਦੀ ਥੋੜ੍ਹੀ ਜਿਹੀ ਫਸਲ ਉਹ ਵੀ
ਤਬਾਹ ਹੋ ਜਾਂਦੀ ਹੈ, ਬਰਬਾਦ ਹੋ ਜਾਂਦੀ ਹੈ, ਅਤੇ ਉਹਦੇ ਵਾਸਤੇ ਤਾਂ ਇਹੀ ਮਸਲਾ ਹੈ। ਜੇ ਕੋਈ ਬਾਕੀ ਬਚ ਜਾਂਦੀ ਹੈ ਤਾਂ ਕਿਸਾਨ ਨੂੰ ਆਪਣੀ ਫਸਲ ਦਾ ਮੁੱਲ ਪੂਰਾ ਨਹੀਂ ਮਿਲਦਾ। ਕਿਸਾਨ ਨੂੰ ਖਾਦ ਮਹਿੰਗੀ ਮਿਲਦੀ ਹੈ, ਬਲੈਕ ਮਿਲਦੀ ਹੈ, ਬੀਜ ਨਹੀਂ ਮਿਲਦਾ, ਅਤੇ ਕਿਸਾਨ ਨੂੰ ਪਾਣੀ ਨਹੀਂ ਮਿਲਦਾ, ਅਤੇ ਇਹ ਮਸਲੇ ਨੇ। ਅਤੇ ਇਸ ਤੋਂ ਅੱਗੇ ਜਾ ਕੇ ਫਿਰ ਕਿਸਾਨ ਨੂੰ ਉਸਦੀ ਫਸਲ ਦੀ ਮੁਨਾਸਬ ਕੀਮਤ ਵੀ ਨਹੀਂ ਮਿਲਦੀ, ਅਤੇ ਇਹਨਾਂ ਔਕੜਾਂ ਅੰਦਰ ਪੰਜਾਬ ਦਾ ਕਿਸਾਨ ਅਤੇ ਪਾਕਿਸਤਾਨ ਦਾ ਕਿਸਾਨ ਬਿਲਕੁਲ ਹੀ ਮਰਦਾ ਜਾ ਰਿਹਾ ਹੈ। ਅਤੇ ਉਹ ਇੱਕ ਐਕਸਟਿੰਕਸ਼ਨ ਫੇਸ ਕਰ ਰਿਹਾ ਹੈ, ਯਾਨੀ ਇਹ ਕਲਾਸ ਹੀ ਤਬਕਾ ਹੀ ਨਾਪੈਦ ਹੋ ਰਿਹਾ ਹੈ। ਕਿਸਾਨ ਇਕੱਲਾ ਵਾਰਸ ਜਿਹਾ ਤਬਕਾ ਹੈ, ਬਸ ਇਹਦਾ ਅੱਲਾ ਹੀ ਵਾਰਸ ਹੈ। ਕਿਸਾਨਾਂ ਨੂੰ ਚਾਹੀਦਾ ਹੈ ਬਈ ਉਹ ਆਪਣੇ ਆਪ ਨੂੰ ਬਚਾਉਣ ਦੀ ਸੋਚ ਵਿਚਾਰ ਕਰਨ, ਅਤੇ ਆਪਣੇ ਛੋਟੇ ਛੋਟੇ ਖੇਤ ਨੇ ਜਿਹੜੇ ਉਹਨਾਂ ਨੂੰ ਬਚਾ ਲੈਣ, ਕਿਉਂ ਜੋ ਛੋਟੇ ਕਿਸਾਨ ਹੱਥੋਂ ਉਹਦੇ ਛੋਟੇ ਛੋਟੇ ਖੇਤ ਵੀ ਨਿਕਲ ਰਹੇ ਆ, ਅਤੇ ਉਹ ਬੇਜ਼ਮੀਨ ਹੋ ਰਿਹਾ, ਅਤੇ ਉਸਦਾ ਜਿਹੜਾ ਇੱਕ ਮੁਨਾਸਬ ਤਰੀਕਾ ਨਜ਼ਰ ਆਉਂਦਾ ਹੈ ਉਹ ਇਹ ਹੈ ਕਿ ਕਿਸਾਨ ਨੂੰ ਚਾਹੀਦਾ ਹੈ ਬਈ ਉਹ ਜਦੀਦ ਬੀਜਾਂ ਮਗਰ ਨਾ ਭੱਜੇ, ਖਾਦਾਂ ਮਗਰ ਨਾ ਭੱਜੇ, ਅਤੇ ਆਪਣਾ ਕੋਈ ਬਲੈਕ ਮਾਰਕੀਟ ਜਿਹੜੀ ਹੈ ਉੱਥੇ ਉਹ ਆਪਣੀ ਕੋਈ ਜਮ੍ਹਾਂ ਪੂੰਜੀ ਸਾਰੀ ਨਾ ਰੋੜੇ। ਕਿਸਾਨ ਨੂੰ ਚਾਹੀਦਾ ਹੈ ਬਈ ਉਹ ਸਾਦਾ ਕਾਸ਼ਤਕਾਰੀ, ਪੁਰਾਣੀ ਕਾਸ਼ਤਕਾਰੀ ਜਿਹੜੀ ਉਹਦੇ ਆਬਾਓ ਅਜਦਾਦ ਕਰਦੇ ਸਨ ਉਸੇ ਵਾਲੀ ਪਿਛਾਂ ਨੂੰ ਮੁੜ ਜਾਏ, ਅਤੇ ਪੁਰਾਣੀ ਕਾਸ਼ਤਕਾਰੀ ਕਰੇ, ਆਪਣੇ ਬੀਜ ਰੱਖੇ, ਆਪਣੇ ਘਰ ਦੇ ਬੀਜ ਬਣਾਵੇ, ਅਤੇ ਨਾਲੇ ਪਈ ਖਾਦ ਜਿਹੜੀ ਗੋਬਰ ਦੀ ਖਾਦ ਹੈ ਉਹ ਇਸਤੇਮਾਲ ਕਰੇ, ਅਤੇ ਉਹ ਫਸਲਾਂ ਕਾਸ਼ਤ ਕਰੇ ਜਿਹੜੀਆਂ ਥੋੜ੍ਹੇ ਪਾਣੀ ਦੇ ਉੱਤੇ ਜਾਂ ਬਾਰਿਸ਼ ਦੇ ਨਾਲ ਵੀ ਉਹ ਪੱਕ ਪੈਂਦੀਆਂ ਨੇ, ਉਹਨਾਂ ਫਸਲਾਂ ਨੂੰ ਕਾਸ਼ਤ ਕਰੇ। ਕਿਸਾਨ ਨੂੰ ਚਾਹੀਦਾ ਹੈ ਬਈ ਉਹ ਮਾਲ ਡੰਗਰ ਪਾਲੇ, ਗਾਂ ਭੈਂਸ ਅਤੇ ਭੇਡ ਬੱਕਰੀ ਉਹਨਾਂ ਨੂੰ ਪਾਲੇ, ਅਤੇ ਆਪਣੇ ਖੇਤਾਂ 'ਚ ਉਹਨਾਂ ਨੂੰ ਉਹ ਚਰਾਏ, ਉਸਦਾ ਉਹ ਅੱਛਾ ਵਸੀਲਾ ਬਣ ਸਕਦਾ ਹੈ ਉਹਦੀ ਮੁਇਸ਼ਤ ਦਾ। ਕਿਸਾਨ ਨੂੰ ਸਬਜ਼ੀਆਂ ਉਗਾਉਣੀਆਂ ਚਾਹੀਦੀਆਂ, ਅਤੇ ਉਹ ਫਸਲ ਕਾਸ਼ਤ ਨਹੀਂ ਕਰਨੀ ਚਾਹੀਦੀ ਜਿਹੜੀ ਜ਼ਿਆਦਾ ਪਾਣੀ ਮੰਗਦੀ ਹੈ, ਅਤੇ ਨਾਲੇ ਵੀ ਜਿਹਦੇ ਉੱਤੇ ਖਰਚਾ ਜ਼ਿਆਦਾ ਆਉਂਦਾ। ਅਤੇ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਤਾਲੀਮ ਦਵਾਵੇ, ਉਹਨਾਂ ਨੂੰ ਹੁਨਰਮੰਦ ਬਣਾਵੇ, ਤਾਂ ਕਿ ਉਹ ਆਪਣੀ ਰੋਟੀ ਰੋਜ਼ੀ ਕਮਾਉਣ ਦੇ ਕਾਬਲ ਹੋ ਸਕਣ। ਅਤੇ ਕਿਸਾਨਾਂ ਨੂੰ ਆਪਣੇ ਪਿੰਡਾਂ ਵਿੱਚ ਪੰਚਾਇਤੀ ਨਿਜ਼ਾਮ
ਕਾਇਮ ਕਰਨਾ ਚਾਹੀਦਾ ਹੈ ਤਾਂ ਕਿ ਉਹ ਥਾਣੇ ਕਚਹਿਰੀ ਦਾ ਜਿਹੜਾ ਕਰਪਸ਼ਨ ਦਾ ਨਿਜ਼ਾਮ ਹੈ ਉਹਦੇ ਤੋਂ ਬਚ ਸਕਣ। ਹੋਰ ਅਗਰ ਉਹ ਸੋਚਦੇ ਨੇ ਕਿ ਕੋਈ ਹਕੂਮਤ ਆ ਜਾਏਗੀ ਅਤੇ ਕੋਈ ਉਹਨਾਂ ਵਾਸਤੇ ਕੋਈ ਬਿਹਤਰ ਸੋਚੇਗਾ ਤਾਂ ਇਹ ਬਸ ਆਸ ਹੀ ਹੈ, ਇਹਦੇ ਵਿੱਚ ਕੋਈ ਐਡੀ ਵੱਡੀ ਉਮੀਦ ਨਹੀਂ ਹੈ। ਜਿਵੇਂ ਪਾਕਿਸਤਾਨ ਅੰਦਰ ਇਲੈਕਸ਼ਨ ਹੋਏ ਦੋ ਵਾਰੀ, ਇੱਕ ਵਾਰੀ ਜਨਰਲ ਇਲੈਕਸ਼ਨ ਹੋਇਆ 8 ਫਰਵਰੀ ਨੂੰ, ਫਿਰ ਜ਼ਿਮਨੀ ਇਲੈਕਸ਼ਨ ਹੋਏ, ਅਤੇ ਉਹ ਜਿਸ ਤਰੀਕੇ ਨਾਲ ਹੋਏ ਇਸੇ ਤਰੀਕੇ ਨਾਲ ਇਸੇ ਤਰ੍ਹਾਂ ਦੇ ਇਲੈਕਸ਼ਨ ਹੋ ਰਹੇ ਨੇ ਭਾਰਤ ਅੰਦਰ। ਅਤੇ ਭਾਰਤ ਅੰਦਰ ਜਿਹੜਾ ਇਲੈਕਸ਼ਨ ਹੋ ਰਿਹਾ ਹੈ ਉਹ ਇਵੇਂ ਹੈ ਬਈ ਮੋਦੀ ਸਰਕਾਰ ਤੀਸਰੀ ਵਾਰੀ ਜਿੱਤੀ ਪਈ ਹੈ, ਅਤੇ ਕਿਉਂਕਿ ਉਹਨਾਂ ਨੇ ਆਪਣਾ ਇਲੈਕਸ਼ਨ ਦਾ ਬੰਦੋਬਸਤ ਕਰ ਲਿਆ। ਦਰਅਸਲ ਡੈਮੋਕ੍ਰੇਸੀ ਦੇ ਬਾਰੇ ਅਗਰ ਸੋਚੀਏ ਤਾਂ ਜਿਹੜੇ ਮੁਲਕਾਂ 'ਚ ਕਾਨੂੰਨ ਹੈ, ਆਇਨ ਹੈ, ਡੈਮੋਕ੍ਰੇਸੀ ਹੈ, ਆਜ਼ਾਦੀ ਹੈ, ਉਹਨਾਂ ਮੁਲਕਾਂ 'ਚ ਖੁਸ਼ਹਾਲੀ ਹੈ, ਅਤੇ ਜਿਹੜੇ ਮੁਲਕਾਂ 'ਚ ਇਹ ਬੁਨਿਆਦ ਨਹੀਂ ਹੈ ਉੱਥੇ ਗੁਰਬਤ ਹੈ, ਕਰਪਸ਼ਨ ਹੈ, ਅਤੇ ਤਾਲੀਮ ਹੈ ਉੱਥੇ ਨਾ ਉੱਥੇ ਕੋਈ ਇਨਸਾਨ ਜਿਹੜਾ। ਅਤੇ ਪਾਕਿਸਤਾਨ ਬਾਰੇ ਇੰਝ ਹੈ ਕਿ ਇੱਕ ਆਲਮੀ ਰਿਪੋਰਟ ਦੇ ਮੁਤਾਬਕ ਹੁਣ ਪਾਕਿਸਤਾਨ ਦੇ ਆਮ ਲੋਕਾਂ ਦਾ ਮਿਆਰੇ ਜ਼ਿੰਦਗੀ ਅਫਰੀਕਾ ਦੇ ਮੁਲਕਾਂ ਦੇ ਬਰਾਬਰ ਹੋ ਗਿਆ ਹੈ, ਜਿਹਨੂੰ ਅਸੀਂ ਗਿਣਦੇ ਸੀ ਕਿ ਉੱਥੇ ਗੁਰਬਤ ਹੈ। ਭਾਰਤ ਅੰਦਰ ਜਿਹੜੇ ਇਲੈਕਸ਼ਨ ਹੋ ਰਹੇ ਆ ਉਹਦੇ ਵਿੱਚ ਕਾਂਗਰਸ ਪਿੱਛੇ ਰਹਿ ਗਈ ਹੈ, ਪਿੱਛੇ ਹੀ ਰਹਿੰਦੀ ਦਿਸਦੀ ਪਈ ਹੈ, ਅਤੇ ਮੋਦੀ ਕਾਮਯਾਬੀ ਨਾਲ ਅੱਗੇ ਵੱਧ ਰਿਹਾ। ਕੁਝ ਭਾਰਤੀ ਸਿਆਣਿਆਂ ਦਾ ਕਹਿਣਾ ਇਹ ਵੀ ਕਿ ਭਾਰਤ ਦੇ ਅੰਦਰ ਕਾਂਗਰਸ ਦੀ ਨਾਕਾਮੀ ਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਕਾਂਗਰਸ ਇੱਕ ਖਾਨਦਾਨ ਦੀ ਪਾਰਟੀ ਬਣ ਗਈ ਹੈ, ਖਾਨਦਾਨੀ ਪਾਰਟੀ ਬਣ ਗਈ ਹੈ, ਇਸ ਵਾਸਤੇ ਲੋਕਾਂ ਦਾ ਇੰਤਖਾਬ ਨਹੀਂ ਰਹੀ। ਦੂਸਰੀ ਤਰਫ ਮੋਦੀ ਹੋਰੀ ਜੋ ਤਕਰੀਰਾਂ ਕਰ ਰਹੇ ਨੇ ਉਹ ਵੀ ਬਹੁਤ ਹੀ ਉਹਨਾਂ ਨੂੰ ਵੇਖਣ ਦੀ ਲੋੜ ਹੈ, ਅਤੇ ਉਹ ਉਹਨਾਂ ਦੇ ਜਿਹੜੀਆਂ ਤਕਰੀਰਾਂ ਨੇ ਉਹ ਵੀ ਇਸ ਤਰ੍ਹਾਂ ਦੀਆਂ ਨੇ ਕਿ ਉਹ ਡੈਮੋਕ੍ਰੇਸੀ ਤੋਂ ਜ਼ਿਆਦਾ ਉਹ ਫਿਰਕਾਵਰੀਅਤ ਦੀ ਗੱਲ ਕਰਦੇ ਨੇ, ਅਕਲੀਤਾਂ ਦੇ ਖਿਲਾਫ ਅਤੇ ਮੁਸਲਮਾਨਾਂ ਦੇ ਖਿਲਾਫ ਗੱਲਾਂ ਕਰਕੇ ਅਤੇ ਜਜ਼ਬਾਤ ਨੂੰ ਭੜਕਾ ਕੇ ਅਤੇ ਮੋਦੀ ਜੀ ਵੋਟ ਲੈਣਾ ਚਾਹੁੰਦੇ ਆ। ਇੱਕ ਤਕਰੀਰ ਦੇ ਵਿੱਚ ਰਾਜਸਥਾਨ ਅੰਦਰ ਮੋਦੀ ਜੀ ਹੋਰਾਂ ਆਖਿਆ ਬਈ ਇਹ ਜਿਹੜੇ ਮੁਸਲਮਾਨ ਨੇ ਇਹ ਭਾਰਤ ਅੰਦਰ ਘੁਸ ਬੈਠੀਏ ਨੇ, ਘੁਸ ਬੈਠੀਏ ਨੇ, ਘੁਸ ਬੈਠੀਏ ਦੀ ਪਤਾ ਨਹੀਂ ਕੀ ਮਸਲਾ ਬਣ ਗਿਆ ਮੋਦੀ ਜੀ ਨੂੰ, ਉਹ ਹਰ ਕੰਮ 'ਚ ਘੁਸ ਬੈਠੀਏ ਦੀ ਗੱਲ ਜ਼ਰੂਰ ਕਰਦੇ ਨੇ, ਅਤੇ ਹੁਣ ਉਹ ਆਉਂਦੇ ਨੇ ਜੀ ਮੁਸਲਮਾਨ ਜਿਹੜੇ ਨੇ
ਭਾਰਤ ਦੇ ਅੰਦਰ ਘੁਸ ਬੈਠੀ ਗਏ ਨੇ, ਅਤੇ ਇਸ ਵਾਸਤੇ ਹਿੰਦੂ ਜਿਹੜਾ ਹੈ ਉਹ ਉਹਨੂੰ ਚਾਹੀਦਾ ਵੀ ਉਹ BJP ਨੂੰ ਵੋਟ ਦੇਵੇ। ਅੱਛਾ, ਘੁਸ ਬੈਠੀਏ ਦੀ ਗੱਲ ਇਹ ਕਿ ਇਸ ਤੋਂ ਅਸੀਂ ਉੱਥੋਂ ਹੀ ਰਾਹੁਲ ਗਾਂਧੀ ਜੀ ਦੀ ਇੱਕ ਤਕਰੀਰ ਸੁਣ ਲੈਂਦੇ ਹਾਂ। ਰਾਹੁਲ ਗਾਂਧੀ ਨੇ ਆਖਿਆ ਕਿ ਇਹ ਜਿਹੜੇ ਭਾਰਤ ਹੈ ਉਹਦੇ ਅਸਲ ਬਸ਼ਿੰਦੇ ਅਤੇ ਮਕਾਮੀ ਬਸ਼ਿੰਦੇ ਅਤੇ ਆਦਿ ਵਾਸ ਨੇ, ਅਤੇ ਆਦਿ ਵਾਸੀ ਅਤੇ ਬਨਵਾਸੀ ਨੇ, ਅਤੇ ਇਹ ਬਾਕੀ ਜਿਹੜਾ ਬ੍ਰਾਹਮਣ ਹੈ ਅਤੇ ਪੰਡਤ ਹੈ ਇਹ ਤਾਂ ਘੁਸ ਬੈਠੀ ਹੈ। ਉਹਦਾ ਇਹ ਗੱਲ ਕੀਤੀ ਕਿ ਇਹਦੇ ਅਸਲ ਵਾਰਸ ਤਾਂ ਦਲਿਤ ਨੇ ਹਿੰਦੁਸਤਾਨ ਦੇ ਅਤੇ ਦਰਾਵੜ ਨੇ, ਅਤੇ ਮੋਦੀ ਜੀ ਆਉਂਦੇ ਆ ਬਈ ਇਹ ਮੁਸਲਮਾਨ ਜਿਹੜੇ ਉਹ, ਅਤੇ ਅਸਲ ਗੱਲ ਸੱਚ ਤਾਂ ਇਹ ਹੀ ਹੈ ਕਿ ਇਹ ਭਾਰਤ ਜਿਹੜਾ ਹੈ ਉਹ ਉਸਦੇ ਪਹਿਲੇ ਵਸਨੀਕ ਅਤੇ ਮਕਾਮੀ ਬਸ਼ਿੰਦੇ ਤਾਂ ਇਹ ਦਰਾਵੜ ਸਨ, ਜਿਨ੍ਹਾਂ ਨੂੰ ਦਲਿਤ ਅਤੇ ਅਛੂਤ ਅਤੇ ਮਲੀਛ ਅਤੇ ਉਹ ਇੰਜ ਬਣਾ ਦਿੱਤਾ ਗਿਆ, ਅਤੇ ਇਹ ਪੰਡਿਤ ਔਰ ਜਿਹੜੇ ਬ੍ਰਾਹਮਣ ਨੇ ਇਹ ਤਾਂ ਖੁਦ ਘੁਸ ਬੈਠੀਏ ਨੇ। ਇਹ ਆਰੀਅਨ ਜਦੋਂ ਯਲਗਾਰਾਂ ਹੋਈਆਂ ਹਿੰਦੁਸਤਾਨ 'ਤੇ ਅਤੇ ਉਦੋਂ ਇਹ ਆਏ ਹਿੰਦੁਸਤਾਨ, ਅਤੇ ਇਹਨਾਂ ਨੇ ਇੱਥੇ ਜਿਹੜੇ ਦਰਾਵੜ ਸਨ ਉਹਨਾਂ ਨੂੰ ਉਹਨਾਂ ਦੇ ਖਿਲਾਫ ਜੰਗਾਂ ਲੜ ਕੇ ਅਤੇ ਇਹਦੇ ਉੱਤੇ ਕਬਜ਼ਾ ਕੀਤਾ। ਅਤੇ ਇਹ ਦਰਾਵੜ ਜਿਹੜੇ ਸੀ ਉਹ ਇੱਥੋਂ ਸ਼ਮਾਲੀ ਇਲਾਕਿਆਂ 'ਚੋਂ ਭੱਜ ਨੱਸ ਕੇ ਅਤੇ ਉਹ ਜਨੂਬੀ ਹਿੰਦੁਸਤਾਨ 'ਚ ਜਾ ਕੇ ਆਬਾਦ ਹੋਏ, ਜਿਹੜੇ ਹੁਣ ਬੰਗਾਲ ਹੈ ਜਾਂ ਤਾਮਿਲਨਾਡੂ ਰਿਆਸਤਾਂ ਨੇ, 5-6 ਰਿਆਸਤਾਂ ਨੇ ਉਹਨਾਂ 'ਚ, ਅਤੇ ਸ਼੍ਰੀਲੰਕਾ 'ਚ। ਇਹ ਜਿਹੜੇ ਨੇ ਇਹ ਦਰਾਵੜ ਸਨ ਜਿਹੜੇ ਜਨੂਬ ਦੀ ਤਰਫ ਚਲੇ ਗਏ, ਅਤੇ ਉਹ ਜਨੂਬ ਦੇ ਜਿਹੜੇ ਦਰਾਵੜ ਨੇ ਉਹ ਨਾ ਤਾਂ ਬ੍ਰਾਹਮਣ ਨੂੰ ਵੋਟ ਦਿੰਦੇ ਆ ਅਤੇ ਨਾ ਉਹ ਪੰਡਿਤ ਨੂੰ ਵੋਟ ਦਿੰਦੇ ਆ। ਉਹਨਾਂ ਆਪਣੀ ਸਿਆਸੀ ਜੱਦੋਜਹਿਦ ਕੀਤੀ ਤਾਂ ਉਹਨਾਂ ਰਿਆਸਤਾਂ ਦੇ ਉੱਤੇ ਉਹਨਾਂ ਆਪਣੀਆਂ ਸਿਆਸੀ ਪਾਰਟੀਆਂ ਬਣਾ ਕੇ ਅਤੇ ਉੱਥੋਂ ਹਾਰ ਗਏ ਨੇ, ਇਹ ਮੋਦੀ ਜੀ ਉਰੀ ਹਾਰ ਗਏ ਨੇ। ਅਤੇ ਉੱਥੇ ਜਿਹੜੇ ਨੇ ਦਰਾਵੜ ਅਤੇ ਉਹਨਾਂ ਨੇ ਇਲੈਕਸ਼ਨ ਜਿਹੜੇ ਨੇ ਉਹ ਜਿੱਤ ਲੈਣੇ, ਅਤੇ ਮੋਦੀ ਹਰੀ ਆਉਣੇ ਅਤੇ ਉਹਨਾਂ ਨੂੰ ਘੁਸ ਬੈਠੀਏ ਆ ਦੇਣੇ, ਅਤੇ ਕਦੀ ਮੁਸਲਮਾਨਾਂ ਨੂੰ ਘੁਸ ਬੈਠੀਏ ਆਖ ਦੇਣ। ਅਤੇ ਪਾਕਿਸਤਾਨ ਅੰਦਰ ਵੀ ਅਸਲ ਗੱਲ ਹੈ ਕਿ ਜੋ ਰਾਹੁਲ ਗਾਂਧੀ ਦੱਸ ਰਹੇ ਨੇ ਕਿ ਹਿੰਦੁਸਤਾਨ ਉੱਤੇ ਭਾਰਤ ਉੱਤੇ ਇਹ ਘੁਸ ਬੈਠੀਏ ਜਿਹੜੇ ਨੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ, ਅਤੇ ਇਸ ਕਬਜ਼ੇ ਦੀ ਵਜ੍ਹਾ ਤੋਂ ਇਹ ਫਾਸ਼ਿਜ਼ਮ ਜਿਹੜਾ ਉਸ ਦੀ ਵਜ੍ਹਾ ਤੋਂ ਇਹ ਭਾਰਤ ਅੰਦਰ ਜਿਹੜਾ ਉਹ ਫਿਰਕਾ ਵਾਰੀਅਤ ਦਾ ਨਿਜ਼ਾਮ ਜਿਹੜਾ ਉਹ ਚੱਲ ਰਿਹਾ। ਸ਼ੁਕਰੀਆ, ਅੱਲਾ ਬੇਲੀ ਰੱਬ ਰਾਖਾ, ਪਾਕਿਸਤਾਨ ਅਤੇ ਜਿੰਦਾਬਾਦ।